ਕਿਉਂ ਨਾ ਅਸੀਂ ਉਸ ਦੇਸ਼ ਲਈ ਮਰਨਾ ਪਸੰਦ ਕਰੀਏ ਜੋ ਸਾਡੇ ਲਈ ਇੰਨਾ ਕੁਝ ਕਰਦਾ ਹੈ। ਸੋਸ਼ਲ ਮੀਡੀਆ ਤੇ ਇਹ ਤਾਰੀਫ ਜਾਪਾਨ ਸਰਕਾਰ ਦੀ ਕੀਤੀ ਗਈ ਹੈ। ਜਾਪਾਨ ਦੇ ਇੱਕ ਵਸਨੀਕ ਵੱਲੋਂ ਵਜ੍ਹਾ ਇਹ ਹੈ ਕਿ ਜਾਪਾਨ ਦੇ ਹੋਕਾਇਦੋ ਸ਼ਹਿਰ ਦੇ ਪਿੰਡ ਕਾਮਿਸ਼ਿਰਾਤਾਕੇ ਵਿੱਚ ਸਿਰਫ ਇੱਕ ਕੁੜੀ ਦੀ ਪੜ੍ਹਾਈ ਪੂਰੀ ਕਰਾਉਣ ਲਈ ਰੇਲ ਗੱਡੀ ਚਲਾਈ ਜਾਂਦੀ ਹੈ। ਪਿੰਡ ਸ਼ਿਰਾਕਾਤੀ ਅਤੇ ਆਲੇ ਦੁਆਲੇ ਦੇ ਇਲਾਕੇ ਦੀ ਵਸੋਂ ਬਹੁਤ ਘੱਟ ਹੈ। ਲੋਕਾਂ ਦੀ ਬੇਹੱਦ ਘੱਟ ਆਵਾਜਾਈ ਹੋਣ ਕਾਰਨ ਸਰਕਾਰ ਨੇ 3 ਸਾਲ ਪਹਿਲਾਂ ਟ੍ਰੇਨ ਬੰਦ ਕਰਨ ਦਾ ਫੈਸਲਾ ਕੀਤਾ। ਪਰ ਜਦੋਂ ਰੇਲਵੇ ਅਫਸਰਾਂ ਨੂੰ ਪਤਾ ਲੱਗਾ ਕਿ ਹਾਈ ਸਕੂਲ ਵਿੱਚ ਪੜ੍ਹਨ ਵਾਲੀ ਕੁੜੀ ਉੱਥੇ ਰੋਜ਼ਾਨਾ ਸਕੂਲ ਜਾਂਦੀ ਹੈ ਅਤੇ ਸਕੂਲ ਤੱਕ ਪਹੁੰਚਣ ਲਈ ਕੋਈ ਹੋਰ ਜ਼ਰੀਆ ਨਹੀਂ ਹੈ ਤਾਂ ਇਸ ਦੀ ਖ਼ਬਰ ਰੇਲਵੇ ਮੰਤਰਾਲੇ ਨੂੰ ਦਿੱਤੀ ਗਈ। ਇਸ ਤੇ ਸਰਕਾਰ ਨੇ ਫੌਰਨ ਕੁੜੀ ਲਈ ਟ੍ਰੇਨ ਨੂੰ ਦੁਬਾਰਾ ਸ਼ੁਰੂ ਕਰਨ ਦਾ ਹੁਕਮ ਦਿੱਤਾ। ਨਾਲੇ ਇਹ ਵੀ ਕਿਹਾ ਗਿਆ ਕਿ ਕੁੜੀ ਦੇ ਗ੍ਰੈਜੂਏਸ਼ਨ ਪਾਸ ਹੋਣ ਤੱਕ ਟ੍ਰੇਨ ਜਾਰੀ ਰਹੇਗੀ। ਰੇਲ ਗੱਡੀ ਦਾ ਸਮਾਂ ਕੁੜੀ ਦੇ ਸਕੂਲ ਦੇ ਟਾਈਮਿੰਗ ਦੇ ਮੁਤਾਬਕ ਹੀ ਰੱਖਿਆ ਗਿਆ, ਯਾਨੀ ਜਿਸ ਦਿਨ ਸਕੂਲ ਵਿੱਚ ਛੁੱਟੀ ਹੁੰਦੀ ਹੈ ਉਸ ਦਿਨ ਇਹ ਟ੍ਰੇਨ ਨਹੀਂ ਚੱਲਦੀ। ਪਿੰਡ ਦਾ ਇਹ ਰੇਲਵੇ ਸਟੇਸ਼ਨ ਮਾਰਚ ਵਿੱਚ ਬੰਦ ਹੋ ਜਾਏਗਾ ਕਿਉਂਕਿ ਉਸ ਵੇਲੇ ਤੱਕ ਕੁੜੀ ਦੀ ਗ੍ਰੈਜੂਏਸ਼ਨ ਪੂਰੀ ਹੋ ਚੁੱਕੀ ਹੋਵੇਗੀ। ਖ਼ਬਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਹੈ। ਲੋਕ ਜਾਪਾਨ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਨੇ। ਭਾਰਤ ਵਿੱਚ ਬਹੁਤ ਬੱਚੇ ਨੇ ਜੋ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਕੂਲ ਜਾਂਦੇ ਨੇ ਕਿਉਂਕਿ ਸੜਕਾਂ ਖਰਾਬ ਨੇ, ਆਵਾਜਾਈ ਦਾ ਕੋਈ ਸਟੀਕ ਸਾਧਨ ਨਹੀਂ ਹੈ। ਅਜਿਹੇ ਜਾਪਾਨ ਦੇ ਇਸ ਕਦਮ ਤੋਂ ਸਿੱਖਿਆ ਜਾ ਸਕਦਾ ਹੈ।